ਪੰਜਾਬ ਪੁਲਿਸ ਵਿੱਚ ਭਰਤੀ ਸੰਬੰਧੀ ਇੱਕ ਜਾਣਕਾਰੀ ਅਸੀਂ ਤੁਹਾਡੇ ਨਾਲ ਲੈ ਕੇ ਆ ਰਹੇ ਹਾਂ ਕਿ ਜਿਨ੍ਹਾਂ ਬੱਚਿਆਂ ਨੇ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਟੈਕਨੀਕਲ ਕਾਂਸਟੇਬਲ ਟੈਕਨੀਕਲ ਅਤੇ ਸਬ ਇੰਸਪੈਕਟਰ ਦੀ ਭਰਤੀ ਲਈ ਲਿਖਤੀ ਪੇਪਰ ਪਾਸ ਕਰ ਲਿਆ ਉਹਨਾਂ ਨੂੰ ਫਿਜ਼ੀਕਲ ਟ੍ਰੇਨਿੰਗ ਦੇਣ ਲਈ ਫਿਜ਼ੀਕਲ ਟੈਸਟ ਦੀ ਟ੍ਰੇਨਿੰਗ ਦੇਣ ਲਈ ਪੰਜਾਬ ਸਰਕਾਰ ਦੇ ਅਦਾਰੇ ਸੀ ਪਾਈਟ ਵੱਲੋਂ ਮੁਫ਼ਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਹ ਟ੍ਰੇਨਿੰਗ ਫਾਜ਼ਿਲਕਾ ਮੁਕਤਸਰ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਕਾਲ ਝਰਾਣੀ ਵਿਖੇ ਬਣੇ ਸੀ ਪਾਈਟ ਕੇਂਦਰ ਜੋ ਕਿ ਬਠਿੰਡਾ ਤੋਂ ਬਾਦਲ ਰੋਡ ਪਿੰਡ 'ਤੇ ਸਥਿਤ ਹੈ ਕਾਲ ਝਰਾਣੀ ਪਿੰਡ ਉੱਥੇ ਸੀ ਪਾਈਟ ਕੇਂਦਰ ਹੈ ਉੱਥੇ ਇਹ ਟ੍ਰੇਨਿੰਗ ਮੁਫ਼ਤ ਹੈ ਜਿਹੜੇ ਬੱਚੇ ਲਿਖਤੀ ਪੇਪਰ ਪਾਸ ਕਰ ਚੁੱਕੇ ਹੈ ਉਹ ਕਾਲ ਝਰਾਣੀ ਵਿਖੇ ਸੀ ਪਾਈਟ ਕੇਂਦਰ ਵਿਖੇ ਆਪਣਾ 10ਵੀਂ 12ਵੀਂ ਗ੍ਰੈਜੂਏਟ ਦਾ ਸਰਟੀਫਿਕੇਟ ਆਧਾਰ ਕਾਰਡ ਭਰਤੀ ਐਡਮਿਟ ਕਾਰਡ ਦੀਆਂ ਫੋਟੋ ਕਾਪੀਆਂ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲੈ ਕੇ ਉੱਥੇ ਜਾ ਕੇ ਆਪਣੇ ਨੂੰ ਇਨਰੋਲ ਕਰਾ ਸਕਦੇ ਆ ਔਰ ਸਰਕਾਰ ਵੱਲੋਂ ਜਿਹੜੀ ਇਹ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ ਉਹਦਾ ਜਿਹੜਾ ਲਾਭ ਹੈ ਲੈ ਸਕਦੇ ਆ ਥੈਂਕ ਯੂ।